ਜੀ, ਇਹ ਜੋ ਲੋਕ ਸਭਾ ਚੋਣਾਂ 2024 ਜੋ ਆ ਰਹੀਆਂ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਮਾਣਯੋਗ SSP ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਬਤੌਰ ਕੌਨਫੀਡੈਂਸ ਬਿਲਡਿੰਗ ਮੈਜਰ ਅੱਜ ਬਰਨਾਲਾ ਪੁਲਿਸ ਅਤੇ BSF ਵੱਲੋਂ ਸਾਂਝੇ ਤੌਰ ਦੇ ਉੱਤੇ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ, ਜਿਹਦੇ ਵਿੱਚ ਸਬ ਡਿਵੀਜ਼ਨ ਬਰਨਾਲਾ ਦੇ ਸਾਰੇ SHO ਸਾਹਿਬਾਨ, ਉਹਨਾਂ ਦੀ ਫੋਰਸ ਅਤੇ BSF ਦੀ ਜਿਹੜੀ ਸਾਰੀ ਫੋਰਸ ਆ ਉਹ ਸਾਡੇ ਨਾਲ ਆਈ ਆ, ਅਤੇ ਅਸੀਂ ਅੱਜ ਇੱਥੋਂ ਫਲੈਗ ਮਾਰਚ ਸਟਾਰਟ ਕਰਕੇ ਬਾਜ਼ਾਰਾਂ ਦੇ ਵਿੱਚ ਸਾਰੇ ਜਿਹੜੇ ਸਿਟੀ ਬਰਨਾਲਾ ਦੇ ਇੰਪੋਰਟੈਂਟ ਪੁਆਇੰਟਸ ਨੇ ਉਹਨਾਂ ਨੂੰ ਕਵਰ ਕਰਕੇ ਜਿਹੜਾ ਫਲੈਗ ਮਾਰਚ ਕਰਾਂਗੇ। ਆਮ ਪਬਲਿਕ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਜਿਹੜੀਆਂ ਤੁਹਾਡੀ ਸੁਰੱਖਿਆ ਦੇ ਲਈ ਜਿਹੜੀ ਪੰਜਾਬ ਪੁਲਿਸ ਜਿਹੜੀ ਹੈ ਤਤਪਰ ਹੈ, ਜਿਹੜੀਆਂ ਆਗਾਮੀ ਲੋਕ ਸਭਾ ਚੋਣਾਂ ਨੇ ਉਹਨਾਂ ਨੂੰ ਸ਼ਾਂਤੀਪੂਰਵਕ ਢੰਗ ਦੇ ਨਾਲ ਨੇਪਰੇ ਚੜ੍ਹਾਉਣਾ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਉਹਦੇ ਲਈ ਅਸੀਂ ਤਤਪਰ ਹਾਂ, ਅਤੇ ਕਿਸੇ ਨੂੰ ਵੀ ਜਿਹੜਾ ਮਾਹੌਲ ਨੂੰ ਖਰਾਬ ਕਰਨ ਨਹੀਂ ਦਿੱਤਾ ਜਾਊਗਾ। ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹਨੂੰ ਬਰਕਰਾਰ ਰੱਖਿਆ ਜਾਵੇਗਾ, ਅਤੇ ਆਮ ਲੋਕਾਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਫਵਾਹਾਂ, ਰੂਮਰ ਮੌਂਗਰਿੰਗ ਜਾਂ ਕੋਈ ਵੀ ਇਹੋ ਜਿਹੀ ਗੱਲਬਾਤ ਜਿਹਦੇ ਨਾਲ ਕਿ ਆਪਸੀ ਭਾਈਚਾਰਾ ਜਿਹੜਾ ਖਰਾਬ ਹੁੰਦਾ ਜਾਂ ਸਾਡੀ ਅਮਨ ਸ਼ਾਂਤੀ ਦੀ ਸਥਿਤੀ ਨੂੰ ਠੇਸ ਪਹੁੰਚਦੀ ਹੈ, ਉਹਦੇ ਪ੍ਰਤੀ ਜਿਹੜਾ ਵਿਜੀਲੈਂਟ ਰਹਿਣਾ, ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਨਹੀਂ ਯਕੀਨ ਕਰਨਾ, ਅਤੇ ਜੇਕਰ ਕੋਈ ਗੈਰ ਸਮਾਜਿਕ ਤੱਤ ਜਿਹੜੇ ਕਿ ਸ਼ਾਂਤੀ ਨੂੰ ਭੰਗ ਕਰ ਸਕਦੇ ਨੇ ਉਹਨਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਉਹ ਤੁਰੰਤ ਤੁਸੀਂ ਜਿਹੜੀ ਆ ਸਾਡੀ ਪੁਲਿਸ, ਸਾਡੇ ਜੋ ਵੱਖ ਵੱਖ ਥਾਣੇ ਚੌਂਕੀਆਂ ਨੇ ਉਹਦੇ ਉੱਤੇ ਜਿਹੜਾ ਇਨਫੋਰਮੇਸ਼ਨ ਦਿਓ, ਅਤੇ ਅਸੀਂ ਜਿਹੜਾ ਤੁਰੰਤ ਕਾਰਵਾਈ ਕਰਦੇ ਹੋਏ ਅਜਿਹੇ ਅਨਸਰਾਂ ਨੂੰ ਨੱਥ ਪਾਵਾਂਗੇ।